ਦਾ ਖਾਲਸ ਟੀਵੀ ਦੇਖ ਰਹੇ ਹੋ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ 11 ਜੁਲਾਈ ਨੂੰ 4 ਗ੍ਰਾਮ ਆਈਸ ਡਰੱਗ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਉਸ ਤੋਂ ਬਾਅਦ ਜਲੰਧਰ ਦੀ ਸੈਸ਼ਨ ਕੋਰਟ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ ਤੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੇ ਜਿਹੜੀ ਹੈ ਨਾਲ ਦੀ ਨਾਲ ਜ਼ਮਾਨਤ ਦੀ ਵੀ ਅਰਜ਼ੀ ਲਗਾਈ ਹੋਈ ਸੀ ਜਿਸ ਨੂੰ ਫਲੋਰ ਦੀ ਅਦਾਲਤ ਨੇ ਮਨਜ਼ੂਰ ਕਰ ਲਿਆ ਯਾਨੀ ਕਿ ਹੁਣ ਅਮਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਤੇ ਉਸ ਦਾ ਸਾਥੀ ਲਾਪ੍ਰੀਤ ਸਿੰਘ ਬਾਹਰ ਆਣਗੇ 11 ਜੁਲਾਈ ਨੂੰ ਇਹ ਫੜੇ ਗਏ ਸਨ ਔਰ ਇਹ ਜੋ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਐਫ ਆਈ ਆਰ ਦੇ ਵਿੱਚ ਦੱਸਿਆ ਗਿਆ ਕਿ ਇਹ ਫਲੋਰ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਹੁੰਦੇ ਆ ਤਾਂ ਫਲੋਰ ਤੇ ਜਲੰਧਰ ਦੇ ਵਿਚਕਾਰ ਇਸ ਖੱਬੇ ਹੱਥ ਆਪਣੀ ਕ੍ਰੇਟਾ ਗੱਡੀ ਖੜੀ ਕਰਕੇ ਉਸ ਦੇ ਵਿੱਚ ਬੈਠੇ ਹੋਏ ਸੀ ਤੇ ਪੁਲਿਸ ਨੂੰ ਸ਼ੱਕ ਪੈਂਦਾ کافی ਸਮੇਂ ਤੋਂ ਇਸ ਨੂੰ ਦੇਖਿਆ ਜਾ ਰਿਹਾ ਸੀ ਕਿ ਗੱਡੀ ਖੜੀ ਹੋਈ ਹੈ ਹਾਈਵੇ ਦੇ ਉੱਪਰ ਫਿਰ ਪੁਲਿਸ ਜਾਂਦੀ ਹੈ ਜਦ ਮੌਕੇ ਤੇ ਦੇਖਦੀ ਹੈ ਤਾਂ ਇਹ ਇਹਨਾਂ ਦੇ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੁੰਦੀ ਹੈ ਨਾਲ ਇੱਕ ਇਲੈਕਟ੍ਰੋਨਿਕ ਕੰਡਾ ਬਰਾਮਦ ਹੁੰਦਾ ਹੈ ਫੋਇਲ ਪੇਪਰ ਤੇ ਨਾਲ ਅੱਗ ਬਾਲਣ ਦੇ ਲਈ ਇੱਕ ਲਾਈਟਰ ਵੀ ਬਰਾਮਦ ਹੁੰਦਾ ਹੈ ਪੁਲਿਸ ਨੇ ਦਾਵਾ ਕੀਤਾ ਸੀ ਉਸ ਸਮੇਂ ਕਿ ਅਸੀਂ ਬਕਾਇਦਾ ਤੌਰ ਦੇ ਉੱਪਰ ਵੀਡੀਓਗ੍ਰਾਫੀ ਕੀਤੀ ਹੈ ਇਸ ਪੂਰੀ ਘਟਨਾ ਦੀ ਤਾਂ ਹੀ ਅਸੀਂ ਸਾਰਾ ਕੁਝ ਸਬੂਤ ਇਕੱਠੇ ਕੀਤੇ ਹੈ ਤੇ ਅਸੀਂ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਐਫ ਆਈ ਆਰ ਦੇ ਵਿੱਚ ਧਾਰਾ ਜੋੜਦੀ ਹੈ 26 27 ਤੇ 29 26 ਮਤਲਬ ਕਿ ਤੁਸੀਂ ਐਨ ਡੀ ਪੀ ਐਸ ਦੇ ਵਿੱਚ ਧੜ ਤੋਂ ਡਰਗ ਬਰਾਮਦ ਹੋਈ ਹੈ ਫਿਰ ਉਸ ਤੋਂ ਬਾਅਦ 27 ਆਂਦਾ ਡੋਪ ਟੈਸਟ ਪੋਜ਼ਿਟਿਵ ਆ ਗਿਆ ਇਹਨਾਂ ਦਾ ਤੇ ਫਿਰ ਉਹ 27 ਜੋੜ ਜਾਂਦੀ ਹੈ ਤੇ 29 ਜੋੜੀ ਜਾਂਦੀ ਹੈ ਇੱਕ ਇਹਨਾਂ ਦਾ ਸਾਥੀ ਸੰਦੀਪ अरोड़ा ਜਿਸ ਨੇ ਡਰਗ ਸਪਲਾਈ ਕੀਤਾ ਸੀ ਇਹਨਾਂ ਨੂੰ ਤੇ ਬਦਲੇ ਦੇ ਵਿੱਚ ਇਹਨਾਂ ਨੇ ਦੋਵਾਂ ਜਣਿਆਂ ਨੇ ਪੇਟੀਐਮ ਦੇ ਰਾਹੀਂ 10000 ਰੁਪਏ ट्रांजੈਕਸ਼ਨ ਕੀਤੀ ਸੀ ਸੰਦੀਪ अरोड़ा ਨੂੰ ਫਿਰ ਜਦੋਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਐਫ ਆਈ ਆਰ ਦੇ ਵਿੱਚ 29 ਤਾਰਾ ਵੀ ਐਨ ਡੀ ਪੀ ਐਸ ਦੀ ਜੋੜ ਦਿੱਤੀ ਜਾਂਦੀ ਹੈ ਫਿਲਹਾਲ ਇਹ ਸਾਰੇ ਜਿਹੜੇ ਅਸੀਂ ਇਲਜ਼ਾਮ ਹੈ ਪੰਜਾਬ ਪੁਲਿਸ ਦੇ ਪਰ ਇੱਕ ਪਾਸੇ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਇਲਜ਼ਾਮਾਂ ਨੂੰ ਹਾਲ ਦੀ ਘੜੀ ਸਾਬਤ ਕਰਨ ਦੇ ਵਿੱਚ ਪੰਜਾਬ ਪੁਲਿਸ ਥੋੜੀ ਜੀ ਕਮਜ਼ੋਰ ਦਿਖਾਈ ਦਿੱਤੀ ਹੈ ਜੋ ਇਹਨਾਂ ਦੀ ਜ਼ਮਾਨਤ ਦਾ ਗਰਾਊਂਡ ਮਿਲਿਆ ਜੋ ਗਰਾਊਂਡ ਬਣਿਆ ਉਹ ਇਹ ਦੱਸਿਆ ਜਾ ਰਿਹਾ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹਨਾਂ ਨੇ ਜੋ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਗ੍ਰਿਫਤਾਰੀ ਦੇ ਸਮੇਂ ਕਿ ਇੱਕ ਵੀਡੀਓਗ੍ਰਾਫੀ ਵੀ ਅਸੀਂ ਰਿਕਾਰਡ ਕੀਤੀ ਹੈ ਵੀਡੀਓ ਰਿਕਾਰਡ ਕੀਤੀ ਹੈ ਤਾਂ ਉਹ ਅਦਾਲਤ ਦੇ ਵਿੱਚ ਪੇਸ਼ ਪੁਲਿਸ ਨਹੀਂ ਕਰ ਸਕੀ ਪਰ ਫਿਲਹਾਲ ਹਲੇ ਤੱਕ ਬیل ਆ order ਆਣਾ ਹੈ ਬਾਕੀ ਇਹ ਵੀ ਦਿਖਣਾ ਹੋਵੇਗਾ ਕਿ ਕੁਝ ਸ਼ਰਤਾਂ ਲਗਾਈਆਂ ਗਈਆਂ ਜ਼ਮਾਨਤ ਦੇ ਲਈ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਦੇਸ਼ ਛੱਡ ਕੇ ਨਹੀਂ ਜਾਏਗਾ ਜਾਂ ਫਿਰ ਕਿੰਨਾ ਉਸ ਨੂੰ ਜਿਹੜਾ ਮੁਚਲਕਾ ਪਰ ਨਾ ਪਏਗਾ ਜ਼ਮਾਨਤ ਦੇ ਲਈ ਫਿਰ ਇਸ ਤੋਂ ਬਾਅਦ ਕਿ ਪਾਸਪੋਰਟ ਵੀ ਆਪਣਾ ਜਮ੍ਹਾਂ ਕਰਵਾਉਣਾ ਪਏਗਾ ਜਾਂ ਫਿਰ ਪੰਜਾਬ ਛੱਡ ਕੇ ਬਾਹਰ ਨਹੀਂ ਜਾ ਸਕਦਾ ਅਜਹੀਆਂ ਕੀ ਕੰਡੀਸ਼ਨਲ ਲਗਾਈਆਂ ਇਹ ਬੇਲ ਆਰਡਰ ਅਪਲੋਡ ਹੋਣ ਤੋਂ ਬਾਅਦ ਪਤਾ ਚੱਲੇਗਾ ਪਰ ਰਾਹਤ ਦੀ ਖਬਰ ਹੈ ਕਿ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਹਰਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦਾ ਭਰਾ ਐਮਪੀ ਖਡੂਰ ਖਡੂਰ ਸਾਹਿਬ ਤੋਂ ਜਿਹੜਾ ਅਮਰਿਤਪਾਲ ਹੈ ਉਹਨਾਂ ਦੇ ਭਰਾ ਹਰਪੀਤ ਸਿੰਘ ਨੂੰ 11 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਇੱਕਾਫੀ ਹੰਗਾਮਾ ਉੱਠਿਆ ਸੀ ਪਰਿਵਾਰ ਨੇ ਵੀ ਕਿਹਾ ਸੀ ਕਿ ਇਹ ਸਿਰਫ ਤਾਂ ਸਿਰਫ ਇੱਕ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਅਮਰਿਤਪਾਲ ਸਿੰਘ ਆਪ ਜਿਹੜਾ ਹੈ ਉਹ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾ ਰਿਹਾ ਸੀ ਤਾਂ ਘਰ ਦੇ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ ਤਾਂ ਇਹ ਸਾਰਾ ਮਾਮਲਾ ਜਿਹੜਾ ਹੈ ਪੰਜਾਬ ਪੁਲਿਸ ਦੇ ਅਧੀਨ ਆਂਦਾ ਹੈ ਜਦੋਂ ਗ੍ਰਿਫਤਾਰੀ ਹੁੰਦੀ ਹੈ ਡੋਪ ਟੈਸਟ ਹੁੰਦਾ ਦੋਹਾਂ ਦਾ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਪਾਇਆ ਜਾਂਦਾ ਪੁਲਿਸ ਨੇ ਇਹ ਤੱਕ ਕਹਿ ਦਿੱਤਾ ਸੀ ਉਸ ਸਮੇਂ ਕਿ ਇਹਨਾਂ ਨੇ ਡਰੱਗ ਖਰੀਦੀ ਸੀ ਆਪਣਾ ਸੇਵਨ ਕਰਨ ਦੇ ਲਈ ਤੇ ਇਹਨਾਂ ਦਾ ਡੋਪ ਟੈਸਟ ਵੀ ਪੋਜ਼ਿਟਿਵ ਆਇਆ ਅਗੇ ਸਪਲਾਈ ਨਹੀਂ ਸੀ ਕਰਨੇ ਫਿਲਹਾਲ ਰਾਹਤ ਮਿਲੀ ਹੈ ਜ਼ਮਾਨਤ ਦੇ ਦਿੱਤੀ ਗਈ ਹੈ